انا ايه بقى ايه مفيش اللي بقى ਮੇਰੇ ਤੋਂ ਬਾਕੀ ਚੈੱਕ ਕਰਦੇ ਪਏ ਨੇ ਕਿ ਜਿਹੜੇ ਗਾੜੀਆਂ ਨੇ ਵੱਡੀ ਇਹ ਪੁਛਲੀ ਤਾਂ ਨਹੀਂ ਨਾਲ ਲੈ ਕੇ ਜਾ ਰਹੇ ਅਸਲੀ ਤਸੱਲੀ ਨਾਲ ਚੈੱਕ ਕਰੀ ਤਸੱਲੀ ਨਾਲ السلام علیکم کی حال چال ہے ٹھیک رہندے نے ماشاءاللہ جی مکی دے اللہ کیتا 122 دن کمپلیٹ کیتے نے مکی دے ٹوٹل گن کے 122 دن کمپلیٹ کیتے نے تے اج پھر فائنلی مکی نو ہاتھ لوا دتا مکی دی وڈائی واسطے ٹھیک ہے بندے آئے نے او چارہ وغیرہ کرن والے جنہاں نے مال ڈنگر رکھا ہویا او چارہ وغیرہ کرن آئے نے تے چھلیاں یعنی کہ علیحدہ کر کے ਤੇ ਟਰਾਲੀ ਦੇ ਵਿੱਚ ਲੋਡ ਕਰ ਦਿੰਦੇ ਨੇ ਜਿਵੇਂ ਕਿ ਪਹਿਲੇ ਤੁਸੀਂ ਵੇਖਿਆ ਹੀ ਹੈ ਤੇ ਪੱਠੇ ਉਹ ਜਿਹੜੇ ਕਿ ਮੱਕੀ ਦੀ ਜਿਹੜੀ ਛੇਲ ਹੈ ਉਹ ਆਪ ਲੈ ਜਾਂਦੇ ਨਾਲ ਦੇ ਜਿਵੇਂ ਕਿ ਤੁਸੀਂ ਵੇਖਦੇ ਪਏ ਨੇ ਦੋ ਰੇੜੇ ਪਰੇ ਖੜੇ ਨੇ ਤੇ ਆ ਇੱਕ ਰੇੜਾ ਥੋੜਾ ਜਿਹਾ ਫਾਸਾ ਖਲਾ ਪਰੇਸ਼ਾਨ ਹੋਏ ਖਲੇ ਤੇ ਤੁਹਾਨੂੰ ਮੈਂ ਵਿਖਾ ਦੇਵਾਂ ਕਿ ਟਰਾਲੀ ਤਕਰੀਬਨ ਭਰੀ ਗਈ ਹੈ ਤਕਰੀਬਨ ਅੱਜ ਪਹਿਲਾ ਦਿਨ ਹੈਗਾ ਸੀ ਕਟਾਈ ਦਾ ਮੱਕੀ ਦੀ ਤੇ ਇੱਕ ਏਕੜ ਤਕਰੀਬਨ ਭਰਿਆ ਗਿਆ ਇੱਕ ਏਕੜ ਤਕਰੀਬਨ ਕੱਟਾ ਗਿਆ ਮੱਕੀ ਦਾ ਤੇ ਮਜ਼ੀਦ ਕੱਲ੍ਹ ਫਿਰ ਲੋਕਾਂ ਨੂੰ ਜ਼ਿਆਦਾ ਪਤਾ ਲੱਗੇਗਾ ਫਿਰ ਕੱਲ੍ਹ ਜ਼ਿਆਦਾ ਕਟਾਈ ਹੋ ਜਾਵੇਗੀ ਠੀਕ ਹੈ ਤੇ ਮੈਂ ਤੁਹਾਨੂੰ ਪਰ ਮੁਕੰਮਲ ਨਾ ਛਲੀਆਂ ਨੂੰ ਜਾ ਕੇ ਉੱਥੇ ਖਿਲਾਰਨਾ ਵੀ ਹੈ ਫੜ ਬਣਾਇਆ ਹੋਇਆ ਇੱਕ ਸਪੈਸ਼ਲ ਮੱਕੀ ਵਾਸਤੇ ਉੱਥੇ ਜਾ ਕੇ ਖਿਲਾਰਾਂਗੇ ਉਹ ਵੀ ਤੁਹਾਨੂੰ ਵਿਖਾਵਾਂਗਾ ਮਜ਼ੀਦ ਅੱਗੇ ਤੁਸੀਂ ਸਾਰਾ ਕੁਝ ਵੇਖ ਤੇ ਲਈ ਹੈ ਲੇਕਿਨ ਮਜ਼ੀਦ ਪੂਰੀ ਤਸੱਲੀ ਦੇ ਨਾਲ ਪ੍ਰੋਸੀਜਰ ਤੁਹਾਨੂੰ ਮੈਂ ਵਿਖਾਣਾ ਚੱਲ ਚਲੋ 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 ਦੋਵੇਂ ਰੇੜੇ ਫਸ ਗਏ ਨੇ ਨਿਕਲ ਗਏ ਨਿਕਲ ਗਏ ਨਿਕਲ ਗਏ ਸ਼ਾਬਾਸ਼ ਤੇਰੇ ਤੇਰੇ ਵੀਹ ਤੇ ਨਿਕਲ ਗਏ ਹੋਰ ਰੇੜਾ ਪਿਛਾ ਹੀ ਰਹਿ ਗਿਆ ਸ਼ਾਬਾ ਬਈ ਸ਼ਾਬਾ ਬਈ ਸ਼ਾਬਾ ਬਈ ਸ਼ਾਬਾ ਬਈ ਮੀਤ ਬਸ ਪਿਛਾ ਆ ਜਾ ਮੀਤ ਪਿਛਾ ਆ ਜਾ ਬਈ ਸ਼ਾਬਾ ਬਈ ਸ਼ਾਬਾ ਬਈ ਸ਼ਾਬਾ ਬਈ ਸ਼ਾਬਾ ਬਈ ਹਿੰਮਤ ਮਾਰੋ ਹਿੰਮਤ ਮਾਰੋ ਅੱਗੂ ਆਈ ਅੱਗੂ ਜ਼ੋਰ ਲਓ ਜ਼ੋਰ ਲਓ ਜ਼ੋਰ ਲਓ ਜ਼ੋਰ ਲਓ ਸ਼ਾਬਾ ਨਿਕਲ ਆਏ ਨਿਕਲ ਆਏ ਨਿਕਲ ਆਏ ਸ਼ਾਬਾ ਬਈ ਸ਼ਾਬਾ ਬਈ ਸ਼ਾਬਾ ਬਈ ਸ਼ਾਬਾ 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 ਚੱਲ ਬਈ ਚੱਲ ਬਈ ਚੱਲ ਬਈ ਚੱਲ ਬਈ ਸ਼ਾਬਾ 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 ਕਿਆ ਬਾਤ ਹੈ ਨਿਕਲੀ ਤੇ ਫਿਰ ਇਸ ਤਰ੍ਹਾਂ ਨਿਕਲੀ ਹੈ ਸ਼ਾਬਾ ਬਈ ਸ਼ਾਬਾ ਬਈ ਸ਼ਾਬਾ
شوش شوش لے 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 لا دے لا دے سارا جور لا دے ਮਾਸ਼ਾਅੱਲਾ ਜੀ ਫੈਕਟਰੀ ਪਹੁੰਚ ਗਏ ਜਿੱਥੇ ਫੜ ਬਣਾਇਆ ਹੋਇਆ ਸਪੈਸ਼ਲ ਤੇ ਹੁਣ ਲਾਣੇ ਜੈਕ ਸਿਸਟਮ ਹੈਗਾ ਟਰਾਲੀ ਦਾ ਬੜੇ ਆਸਾਨੀ ਦੇ ਨਾਲ ਚਲੀਆਂ ਲੈ ਜਾਣਗੀਆਂ ਤੇ ਚਲੀ ਲਾਣੇ ਫਿਰ ਦੰਨਾਲ ਬੁਖਾਨੇ ਵਿਆਸ ਤੇ ਕੇ ਚਲੀਆਂ ਲੈ ਚਲੀਆਂ ਲੈਣੀ ਸ਼ੁਰੂ ਹੋ ਗਈ ਤਕਰੀਬਨ ਜੀ 2 ਘੰਟੇ ਰੈਸਟ ਕਰਨ ਤੋਂ ਬਾਅਦ ਦੁਬਾਰਾ ਵਾਪਸ ਆਏ ਇੱਥੇ ਜਿੱਥੇ ਚਲੀਆਂ ਸੱਟ ਕੇ ਗਿਆ ਸੀ ਉਹ ਨੇ ਖਿਲਾਰਦੇ ਪਏ ਤੇ ਧੁੱਪ ਵੀ ਬੜੀ ਨਾ ਸਿਰ ਤੇ ਸੂਰਜ ਯਾਨੀ ਕਿ ਫੁੱਲ 12 ਵਜੇ ਦਾ ਟਾਈਮ ਹੈਗਾ ਤੇ ਚਲੀਆਂ ਖੈਰ ਖਿਲਾਰਨੇ ਆ ਖਿਲਾਰ ਕੇ ਤੇ ਬਾਕੀ ਫਿਰ ਤੁਹਾਨੂੰ ਮੈਂ ਕੱਲ੍ਹ ਸਾਰਾ ਸ਼ੇਅਰ ਕਰਾਂਗਾ ਵੀਡੀਓ ਅੱਛੀ ਲੱਗੀ ਹੋਵੇ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਨਾ ਇਨਸ਼ਾਅੱਲਾ ਕੱਲ੍ਹ ਮਿਲਾਂਗੇ ਬਾ ਫਜ਼ਲੇ ਖੁਦਾ ਦੁਆਵਾਂ ਯਾਦ ਰੱਖਿਆ ਆਪਣੇ ਭਾਈ ਨੂੰ ਤੇ ਤੁਸੀਂ ਵੇਖਦੇ ਪਏ ਨੇ ਰੀਅਲ ਲਾਈਫ ਪਾਕ ਪਤਨ ਜੀ ਅੱਲਾ ਹਾਫਿਜ਼ ਬਾਏ ਬਾਏ ਇਨਸ਼ਾਅੱਲਾ ਕੱਲ੍ਹ ਮਿਲਾਂਗੇ ਬਾ ਫਜ਼ਲੇ ਖੁਦਾ ਬਾਏ ਬਾਏ।